ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਕੁਲ ਮਾਲਕ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਬਲਾਕ ਰਾਮਪੁਰਾ ਦੇ ਪਿੰਡ ਧਿੰਗੜ ਦੇ ਬਸਾਖਾ ਸਿੰਘ ਇੰਸਾ ਪੁੱਤਰ ਜੀਤ ਸਿੰਘ ਨੇ ਸਰੀਰਦਾਨ ਹੋਣ ਦਾ ਮਾਣ ਹਾਸਲ ਕੀਤਾ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਦਿੱਤਾ ਗਿਆ। ਵੇਰਵਿਆਂ ਮੁਤਾਬਕ ਬਸਾਖਾ ਸਿੰਘ ਇੰਸਾ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਤੋਂ ਨਾਮਦਾਨ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਉਹਨਾਂ ਦੀ ਹੀ ਪ੍ਰੇਰਣਾ ਤੇ ਚੱਲਦਿਆਂ ਹੋਇਆਂ ਸਰੀਰਦਾਨ ਕਰਨ ਦਾ ਉਹਨਾਂ ਨੇ ਲਿਖਤੀ ਪ੍ਰਣ ਕੀਤਾ ਹੋਇਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਹਰਪਾਲ ਕੌਰ, ਪੁੱਤਰ ਹਰਦੀਪ ਇੰਸਾ ਅਤੇ ਚੰਦਰਪਾਲ ਇੰਸਾ, ਸਪੁੱਤਰੀ ਹਰਜਿੰਦਰ ਕੌਰ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਨ ਦਾ ਭਲਾਈ ਦਾ ਕਾਰਜ ਕੀਤਾ। ਦੱਸ ਦਈਏ ਕਿ ਉਹਨਾਂ ਦੀ ਅੰਤਿਮ ਇੱਛਾ ਉੱਤੇ ਫੁੱਲ ਚੜਾਉਂਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬਲਾਕ ਦੇ ਜ਼ਿੰਮੇਵਾਰਾਂ, ਸੇਵਾਦਾਰਾਂ ਅਤੇ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਸਾਇੰਸ ਬਰੇਲੀ ਉੱਤਰ ਪ੍ਰਦੇਸ਼ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਸਾਧ ਸੰਗਤ ਨੇ ਕਾਫਲੇ ਦੇ ਰੂਪ ਵਿੱਚ ਪੂਰੇ ਨਗਰ ਦਾ ਗੇੜਾ ਲਾਇਆ ਅਤੇ ਬਸਾਖਾ ਸਿੰਘ ਇੰਸਾ ਅਮਰ ਰਹੇ ਅਤੇ ਸਰੀਰਦਾਨ ਅਮਰਦਾਨ ਦੇ ਆਕਾਸ਼ ਗੂੰਜ ਦੇ ਨਾਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਵੈਲਫੇਅਰ ਫੋਰਸ ਤੇ ਨਾਲ ਸਾਰੇ ਹੀ ਪ੍ਰੇਮੀ ਸੇਵਕ ਤੇ ਜ਼ਿੰਮੇਵਾਰ ਸਮਿਤੀਆਂ ਦੇ ਬਾਡੀ ਨੂੰ ਰਵਾਨਾ ਕਰ ਰਿਹਾ। ਸਾਰਿਆਂ ਨੇ ਪ੍ਰੇਮ ਨਾਲ ਉੱਚੀ ਜੋਸ਼ੋ ਖਰੋਸ਼ ਦੇ ਨਾਲ ਨਾਰੇ ਬੋਲਣੇ ਆ। ਪ੍ਰੇਮੀ ਬਸਾਖਾ ਸਿੰਘ ਇੰਸਾ ਅਮਰ ਰਹੇ, ਪ੍ਰੇਮੀ ਬਸਾਖਾ ਸਿੰਘ ਇੰਸਾ ਅਮਰ ਰਹੇ, ਸਰੀਰਦਾਨੀ ਬਸਾਖਾ ਸਿੰਘ ਇੰਸਾ ਅਮਰ ਰਹੇ, ਬਸਾਖਾ ਸਿੰਘ ਇੰਸਾ ਅਮਰ ਰਹੇ, ਸਰੀਰਦਾਨ ਮਹਾਦਾਨ, ਸਰੀਰਦਾਨ ਮਹਾਦਾਨ, ਸਰੀਰਦਾਨ ਮਹਾਦਾਨ, ਸਰੀਰਦਾਨ ਮਹਾਦਾਨ, ਨੇਤਰਦਾਨ ਮਹਾਦਾਨ, ਨੇਤਰਦਾਨ ਮਹਾਦਾਨ, ਖੂਨਦਾਨ ਮਹਾਦਾਨ, ਡੇਰਾ ਸੱਚਾ ਸੌਦਾ ਦੀ ਸੋਚ ਦੇ, ਡੇਰਾ ਸੱਚਾ ਸੌਦਾ ਦੀ ਸੋਚ ਦੇ, ਰਾਜਿਆਂ ਦੇ ਖੋਕੇ, ਤਾਂ ਤਨ ਸਤਿਗੁਰੂ ਤੇਰਾ।